ਸਾਬਕਾ ਮੰਤਰੀ ਸਾਹਿਬ ਦੀ ਭਾਰਤ ਭੂਸ਼ਣ ਆਸ਼ੂ ਦੀ ਪੀਏ ਨਾਮਜ਼ਦ ਹੋ ਗਿਆ ਜਿਹੜਾ ਟੈਂਡਰਾਂ ਦਾ ਮਾਮਲਾ ਉਸ ਮਾਮਲੇ ਚ। ਦੇਖੋ ਪੀਏ ਜਦੋਂ ਨਾਮਜ਼ਦ ਹੋ ਜਾਵੇ ਜੀ ਤੇ ਸਮਝ ਲਓ ਵੀ ਅੱਗ ਜਿਹੜੀ ਆ ਸਮਝ ਲਓ ਕਿ ਤੁਹਾਡੇ ਵੀ ਬੂਹੇ ਤੇ ਆ ਗਈ ਆ, ਜਿਹੜੀ ਅੱਗ ਆਸੇ ਪਾਸੇ ਹੁੰਦੀ ਆ। ਤਾਂ ਪੀਏ ਹੀ ਨਹੀਂ, ਪਿਛਲੇ ਦਿਨ ਹੀ ਅੰਮ੍ਰਿਤਸਰ ਸੋਰੀ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਜਿਹੜੇ ਚੇਅਰਮੈਨ ਸੀਗੇ ਸਾਬਕਾ ਬਾਲਾ ਸੁਬਰਾਮਨੀਅਮ, ਤੁਸੀਂ ਦੇਖਿਆ ਹੋਣਾ ਉਹਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀਗਾ, ਨਾਮਜ਼ਦ ਕਰ ਲਿਆ, ਉਹ ਹਾਲਤੀ ਘੜੀ ਉਹ ਵੀ ਨਸਿਆ ਫਿਰਦਾ। ਹੁਣ ਪੀਏ ਇਹ ਦੋਨੇ ਜਿੱਦਾਂ ਕਹਿ ਲੋ ਕਿ ਆਸ਼ੂ ਦੇ ਸੱਜੇ ਖੱਬੇ ਰਹਿਣ ਵਾਲੇ ਵਿਅਕਤੀ ਸਨ। ਹੁਣ ਇਸ ਮਾਮਲੇ ਦੇ ਵਿੱਚ ਕਹਿ ਸਕਦੇ ਹਾਂ ਆਪਾਂ ਕਿ ਗੱਲ ਜਿਹੜੀ ਆ ਖਾਸੀ ਅੱਗੇ ਚਲੇ ਗਈ। ਤਾਂ ਇਹ ਟੈਂਡਰ ਘੋਟਾਲਾ ਕਾਫੀ ਚਰਚਾ ਦਾ ਵਿਸ਼ਾ, ਹਾਲਾਂਕਿ ਤੁਸੀਂ ਦੇਖਿਆ ਹੋਣਾ ਕਿ ਖਬਰਾਂ ਆ ਰਹੀਆਂ ਨੇ ਕਿ ਕੁਛ ਅਫਸਰ ਵੀ ਇਸ ਮਾਮਲੇ ਚ ਨਾਮਜ਼ਦ ਕਰ ਲਏ ਗਏ ਤੇ ਜਿਹਦੇ ਕਰਕੇ ਕੁਛ ਅਫਸਰਾਂ ਨੇ ਕਲਮ ਛੱਡੋ ਹੜਤਾਲ ਵੀ ਕਰ ਦਿੱਤੀ, ਜਾਂ ਕਹਿ ਲਓ ਕਿ ਸਮੂਹਿਕ ਤੌਰ ਤੇ ਛੁੱਟੀ ਦਾ ਐਲਾਨ ਵੀ ਕੀਤਾ ਵਗੈਰਾ ਵਗੈਰਾ ਖਬਰਾਂ ਆਈਆਂ ਸੀਗੀਆਂ। ਬਟ ਅੱਜ ਕਟਾਰੂ ਚੱਕ ਜੀ ਕਹਿ ਰਹੇ ਸਨ, ਮੰਤਰੀ ਸਾਹਿਬ, ਉਹ ਕਹਿ ਰਹੇ ਸਨ ਕਿ ਕਿਸੇ ਅਧਿਕਾਰੀ ਨੂੰ ਹਾਲ ਦੀ ਕੜੀ ਨਾਮਜ਼ਦ ਨਹੀਂ ਕੀਤਾ ਗਿਆ, ਜਿਹੜਾ ਕੋਈ ਸਾਫ਼ ਆ ਪਾ ਕਿਆ ਉਹਨੂੰ ਡਰਨ ਦੀ ਲੋੜ ਨਹੀਂ, ਤੇ ਜਿਹਨੇ ਬਈ ਜਿਹਨਾਂ ਖਾਧੀਆਂ ਗਾਜਰਾਂ ਤੇ ਢਿੱਡ ਉਹਨਾਂ ਦੇ ਪੀੜ ਤੇ ਫਿਰ ਜਿਹਨਾਂ ਨੇ ਕੁੱਕੜ ਖਾਧੇ ਵਾਂਗਾਂ ਤੇ ਦੇਣੀਆਂ ਹੀ ਦੇਣੀਆਂ ਨੇ। ਤੋ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਇਹ ਵੀ ਇੱਕ ਪੱਖ ਆ ਕਿ ਅਫਸਰ ਸ਼ਾਹੀ ਦੇ ਵਿੱਚ ਵੀ ਬੇਚੈਨੀ ਆ, ਕਿਉਂ? ਕਿਉਂਕਿ ਸਰਕਾਰ ਸਿੱਧੇ ਤੌਰ ਤੇ ਇਹ ਗੱਲ ਕਹਿ ਰਹੀ ਹੈ, ਜਾਂ ਸਰਕਾਰ ਦੀ ਏਜੰਸੀ ਇਹ ਗੱਲ ਕਹਿ ਰਹੀ ਆ ਕਿ ਵੇਖੋ ਇਹ ਜਿਹੜਾ ਟੈਂਡਰ ਹੋਇਆ, ਮਤਲਬ ਕਿ ਉਹੀ ਉਹ ਚੰਨੀ ਦੇ ਮੋਟਰਸਾਈਕਲ ਵਾਲੀ ਤੁਹਾਨੂੰ ਤਸਵੀਰ ਯਾਦ ਹੀ ਹੋਏਗੀ ਜਦੋਂ ਵਿਧਾਨ ਸਭਾ ਚ ਚੜ ਕੇ ਗਏ ਸਨ ਤੇ ਅੱਗੇ ਐਡਾ ਸਾਰਾ ਬੋਰਡ ਲਾਇਆ ਸੀਗਾ ਕਿ ਮੈਂ ਅਕਾਲੀਆਂ ਦੀ ਸਰਕਾਰ ਦਾ ਟਰੱਕ ਹਾਂ ਜੀ ਜੀ, ਯਾਨੀ ਮੋਟਰਸਾਈਕਲ ਨੂੰ ਕਿਹਾ ਗਿਆ ਸੀ ਕਿਉਂਕਿ ਕੈਡ ਦੀ ਰਿਪੋਰਟ ਦੇ ਵਿੱਚ ਜ਼ਿਕਰ ਸੀਗਾ ਉਸ ਵੇਲੇ ਮੋਪੈਡ ਸਕੂਟਰ ਮੋਟਰਸਾਈਕਲਾਂ ਦੇ ਨੰਬਰਾਂ ਨੂੰ ਵੀ ਟਰੱਕ ਦਰਸਾ ਕੇ ਪੇਮੈਂਟ ਕਰ ਦਿੱਤੀ ਗਈ। ਤਾਂ ਸੇਮ ਕਹਾਣੀ ਇੱਕ ਵਾਰੀ ਫੇਰ ਸਾਡੇ ਸਾਹਮਣੇ ਆ, ਜਿਵੇਂ ਗੀਤਾ ਚ ਕਹਿੰਦੇ ਇੱਕ ਵਾਰੀ ਹੋਰ ਤੇ ਇੱਕ ਵਾਰੀ ਹੋਰ ਇਹ ਫੇਰ ਮਾਮਲਾ ਜਿਉਂ ਦਾ ਤਿਉਂ ਸਾਡੇ ਸਾਹਮਣੇ ਆ ਗਿਆ। ਹੁਣ ਇਹਦੇ ਵਿੱਚ ਇਹ ਤੇ ਕਹਿ ਰਹੇ ਨੇ ਕਿ ਏਦਾਂ ਨਹੀਂ ਹੋਇਆ, ਪਰ ਸਰਕਾਰ ਇਹ ਕਹਿ ਰਹੀ ਆ ਕਿ ਜਿਹੜਾ ਸਾਰਾ ਕੁਛ ਹੋਇਆ ਜਿਹੜੇ ਨੰਬਰਾਂ ਨੂੰ ਪੇਮੈਂਟ ਕਰ ਦਿੱਤੀ ਗਈ ਤਾਂ ਉਹਦੇ ਵਿੱਚ ਬਈ ਤਸਦੀਕ ਜਿਹਨਾਂ ਕਰਨੀ ਸੀ ਉਹਨਾਂ ਨੇ ਕੀਤੀ ਨਹੀਂ, ਤਾਂ ਲੱਗਦਾ ਇਹੋ ਆ ਕਿ ਇਹ ਆਪਸ ਚ ਰਲੇ ਹੋਏ ਸੀ, ਜਿਵੇਂ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਸਭ ਰਲੇ ਹੋਏ ਹੈ ਜੀ, ਤਾਂ ਉਹ ਕਹਿੰਦੇ ਕਿ ਸਭ ਰਲੇ ਹੋਏ ਸੀਗੇ। ਤਾਂ ਇਸ ਕਰਕੇ ਇਧਰੋਂ ਵੀ ਇੱਕ ਬੇਚੈਨੀ ਹੈ, ਬੇਚੈਨੀ ਇਕੱਲੀ ਪੀਏ ਨੂੰ ਨਹੀਂ, ਪੀਏ ਤੇ ਨੱਸ ਗਿਆ ਜਦੋਂ ਇਹਨੂੰ ਬੁਲਾਇਆ ਗਿਆ, ਇਹ ਆਇਆ ਨਹੀਂ ਹੈ ਜੀ, ਜਦੋਂ ਇਹ ਆਇਆ ਨੀ ਇਹਦੇ ਘਰ ਗਿਆ, ਚਲੇ ਵਿਜੀਲੈਂਸ ਵਾਲੇ ਕਿ ਕੋਈ ਗੱਲ ਨੀ ਚਲੋ ਆਪਾਂ ਆ ਜਾਂਦੇ ਹਾਂ, ਕਿੱਡੀ ਕੋਈ ਗੱਲ ਆ, ਠੀਕ ਹੈ ਨਾ, ਚਲੋ ਅਸੀਂ ਚਾਹੁੰਦੇ ਲੈ ਆਉਂਦੇ ਹਾਂ, ਕੋਈ ਗੱਲ ਨੀ ਆ ਜੀ ਜੀ। ਤਾਂ ਐਡੀ ਕਿਹੜੀ ਗੱਲ ਆ, ਐਡੀ ਗੱਲ ਨੀ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ। ਤੇ ਉਹ ਜਦੋਂ ਗਏ ਨੇ ਤੇ ਉੱਥੋਂ ਲਾਪਤਾ, ਉਹ ਲਾਪਤਾ, ਤੇ ਹੁਣ ਇਹਦਾ ਮਤਲਬ ਇਹ ਹੋ ਕਿ ਉਹ ਵੀ ਭੱਜਾ ਤੁੜਕ ਕਰੇਗਾ, ਭੱਜਾ ਤੁੜਕੀ ਕਰੇਗਾ ਕਿ ਹਾਂ ਬਾਈ ਕਿਸੇ ਤਰੀਕੇ ਦੇ ਨਾਲ ਮੈਂ ਆਪਦਾ ਬਚਾਅ ਕਰ ਲਵਾਂ। ਹੁਣ ਬਚਾਅ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਤੇ ਪਤਾ ਨਹੀਂ ਹੈ, ਪਰ ਆਸ਼ੂ ਜਾਂ ਉਹਨਾਂ ਦੇ ਸੱਜੇ ਖੱਬੇ ਰਹਿਣ ਵਾਲੇ ਬੰਦਿਆਂ ਦੇ ਤਰੇਲੀਆਂ ਜ਼ਰੂਰ ਵੇਖਣ ਨੂੰ ਮਿਲ ਰਹੀਆਂ। ਹਾਲਾਂਕਿ ਕਾਂਗਰਸ ਦਾ ਵਰਸ਼ਨ ਇਹੋ ਹੀ ਹੈ ਇਸ ਮਾਮਲੇ ਦੇ ਵਿੱਚ ਕਿ ਪੋਲੀਟੀਕਲੀ ਵੈਂਡੇਟਾ ਹੈ, ਇਹ ਸਿਆਸੀ ਤੌਰ ਤੇ ਬਦਲਾਅ ਹੋ ਰਹੀ ਹੈ। ਹੁਣ ਪਤਾ ਨੀ ਕੀ ਹੋਏਗਾ ਅੱਗੇ ਜਾ ਕੇ, ਪਰ ਹਾਲ ਦੀ ਕੜੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਾਂ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿੱਲ ਜੀਆਂ, ਇਵਨ ਤੋਂ ਕਿ ਅਮਰਿੰਦਰ ਸਿੰਘ ਦਾ ਵੀ ਕਹਿੰਦੇ ਆ ਕਿ ਹੋ ਸਕਦਾ ਵਾਰਾ ਆ ਜਾਵੇ। ਤਾਂ ਇਹ ਇਸ ਤਰ੍ਹਾਂ ਦੇ ਚਰਚੇ ਜ਼ਰੂਰ ਚੱਲ ਰਹੇ ਨੇ, ਇਹਨਾਂ ਚਰਚਿਆਂ ਦੇ ਦਰਮਿਆਨ ਇਹ ਕੁਛ ਮਾਮਲੇ ਨੇ ਜਿਹੜੇ ਅੱਗੇ ਵੱਧ ਰਹੇ ਆ, ਪਰ ਫਰਜ਼ੀ ਨੰਬਰਾਂ ਵਾਲੀ ਕਹਾਣੀ ਤੇ ਗਾਂਹ ਦੀਆਂ ਹੀ ਗੱਲਾਂ ਨੇ। ਇੱਥੇ ਇੱਕ ਜਿਪਸੀ ਕਹਿੰਦੇ ਹੋ ਕਿ ਜਦੋਂ ਲਿਆਂਦੀ ਗਈ ਪਰੇਡ ਦੇ ਵਿੱਚ ਐਸ ਡੀ ਐਮ ਸਾਹਿਬ ਨੇ ਉਹ ਲੈ ਸਾਰੀ ਸਲਾਮੀ ਲਈ, ਤੇ ਉਹ ਜਿਪਸੀ ਜਿਹੜੀ ਹੈ ਸੀਗੀ ਉਹ ਮਤਲਬ ਕਿ ਸਕੂਟਰ ਦਾ ਨੰਬਰ ਸੀਗਾ, ਉਹਦੀ ਰਜਿਸਟ੍ਰੇਸ਼ਨ ਹੀ ਨਹੀਂ ਗਈ, ਉਹ ਜਿਹੜੀ ਉਹ 15 ਅਗਸਤ ਤੇ ਘੁਮਾਉਂਦੇ ਹੁੰਦੇ ਆ ਨਾ ਲੰਡੀ ਜੀ ਜਿਪਸੀ, ਸਾਰੇ ਚੜੇ ਹੁੰਦੇ ਲਮਕੇ ਹੁੰਦੇ ਆ, ਤਾਂ ਉਹ ਮਤਲਬ ਕਿ ਉਹ ਰਜਿਸਟਰਡ ਹੀ ਹੈ ਨਹੀਂ ਸੀਗੀ। ਵੈਸੇ ਕੋਈ ਫਰਕ ਨੀ ਪੈਂਦਾ, ਇੱਥੇ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਵੀ ਗੱਡੀ ਲੈਂਦਾ ਤੇ ਉਹ ਆਪਦੀ ਮਰਜ਼ੀ ਨਾਲ ਹੀ ਘਰੇ ਹੀ ਆਰਟੀਓ ਬਣ ਕੇ ਤੇ ਨੰਬਰ ਚੇਪ ਲੈਂਦਾ 00039। ਹਾਲਾਂਕਿ ਲੋਕੀ ਕਹਿੰਦੇ ਕਿਤੇ 00007 ਜਸੂਸ ਨੀ ਬਣ ਗਿਆ ਕਿ ਆਪਣੇ ਪੱਧਰ ਤੇ ਨੰਬਰ ਲਾਉਣਾ, ਕੋਈ ਚੱਕਰ ਨੀ ਜਿਹੜਾ ਮਰਜ਼ੀ ਲਾ ਲਓ। ਤੇ ਆਰਟੀਓ ਕਹਿੰਦਾ ਕਿ ਨਹੀਂ ਜੀ ਇਹ ਨੰਬਰ ਸਾਡਾ ਜਿਹੜਾ ਵੀ ਆਈ ਪੀ ਨੰਬਰ ਅਲੋਟ ਹੀ ਨੀ ਹੋਇਆ ਕਿਸੇ ਨੂੰ, ਇਹ ਵੀ ਸਾਰਾ ਕੁਝ ਚੱਲਦਾ। ਤੇ ਇੱਥੇ ਵੀ ਨੰਬਰ ਗਏ ਨੀ,